ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ ਜਾਣੇ? ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ। ਅਤੇ ਅੱਜ ਸਾਡੀ ਜਿਹੜੀ ਟੀਮ ਦੇ ਵਿੱਚ ਆ ਉਹ ਦੋ ਜਾਣੇ ਹੋਰ ਐਡ ਹੋਏ ਆ, ਜਿਹੜੀ ਸਾਡੀ ਮੈਂਬਰਸ ਨਹੀਂ ਕਹਿ ਸਕਦੇ, ਜਿਹੜੀ ਸਾਡੀ ਫੈਮਿਲੀ ਆ ਉਹ ਹੋਰ ਵੱਡੀ ਹੋ ਗਈ ਆ। ਅਤੇ ਚਲੋ ਮੈਂ ਤੁਹਾਨੂੰ ਮਿਲਾਉਂਦੀ ਹਾਂ ਇਹਨਾਂ ਦੇ ਨਾਲ, ਅਤੇ ਆ ਜਾਓ। ਲਓ ਸਤਿ ਸ਼੍ਰੀ ਜੀ, ਅਕਾਲ ਜੀ। ਇਹ ਸਾਡੇ ਆ ਸਤਿ ਨਿਊ ਸ਼੍ਰੀ ਅਕਾਲ। ਮੈਂਬਰਸ, ਅਤੇ ਇਹਨਾਂ ਦਾ ਨਾਮ ਆ ਨੂਰ, ਅਤੇ ਮੇਰਾ ਤੁਹਾਡਾ? ਨਾਮ ਸੁਰਪ੍ਰੀਤ। ਇਹ ਦੋਵੇਂ ਹੁਣ ਸਾਡੇ ਨਾਲ ਕੰਮ ਕਰਨਗੇ ਜਦੋਂ ਵੀ ਫ੍ਰੀ ਹੋਣਗੇ, ਕਿਉਂਕਿ ਇੱਕ ਜਣਾ ਕੀ ਕਹਿੰਦੇ ਸਟੱਡੀ ਕਰਦਾ ਵਾ ਅਤੇ ਇੱਕ ਜਣਾ ਜੋਬ ਕਰਦਾ ਵਾ। ਅਤੇ ਮੈਂ ਹਜੇ ਇਹਨਾਂ ਨੂੰ ਕੱਲ੍ਹ ਹੀ ਫੋਨ ਕੀਤਾ ਸੀਗਾ, ਇਹ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਕਿਹਾ ਵਾ ਅਤੇ ਆਪਾਂ ਜ਼ਰੂਰ ਆਵਾਂਗੇ। ਜ਼ਰੂਰ ਆਵਾਂਗੇ। ਅਤੇ ਫਿਰ ਇਹ ਮੋਰਨਿੰਗ ਸਾਡੇ ਕੋਲ ਆ ਗਏ ਸੀਗੇ ਉਸੇ ਟਾਈਮ ਦੇ ਉੱਤੇ, ਥੋੜ੍ਹਾ ਜਿਹਾ ਲੇਟ ਹੋਏ ਸੀਗੇ ਪਰ ਕੋਈ ਗੱਲ ਨਹੀਂ। ਅਤੇ ਤੁਹਾਨੂੰ ਕਿਵੇਂ ਦਾ ਲੱਗਣ ਦਿਆ ਸ਼ੂਟ ਕਰਕੇ ਅੱਜ? ਬਹੁਤ ਵਧੀਆ, ਬਹੁਤ ਬੜਾ ਕੁਛ ਇੰਜੋਏ ਕੀਤਾ, ਇੰਜੋਏ ਕਰਦੇ ਪਏ ਆ ਹਰ ਇੱਕ ਸਾਰੇ ਬਹੁਤ ਵਧੀਆ ਕਲਿਪਸ ਨੂੰ ਇੰਜੋਏ ਕਰਨ ਦੇ ਜੇ ਨਾ। ਤੇ ਹੁਣ ਤੁਹਾਨੂੰ ਕੀ ਲੱਗਦਾ, ਤੁਹਾਨੂੰ ਅੱਗੇ ਤੁਸੀਂ ਆਉਣਾ ਪਸੰਦ ਕਰੋਗੇ? ਜ਼ਰੂਰ ਕੰਟੀਨਿਊ ਕਰਾਂਗੇ, ਆਵਾਂਗੇ। ਬਿਲਕੁਲ ਜੀ, ਆਪਾਂ ਵੀ ਇਹੋ ਹੀ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਰੋਜ਼ ਆਓ, ਸਾਡੇ ਨਾਲ ਰੋਜ਼ ਸ਼ੂਟ ਕਰੋ, ਸਾਡਾ ਵੀ ਇੰਜੋਏ ਹੋ ਜਾਏਗਾ ਅਤੇ ਤੁਹਾਡਾ ਵੀ ਇੰਜੋਏ ਹੋ ਜਾਏਗਾ। ਜਿੰਨੀ ਜ਼ਿਆਦਾ ਜਾਣੇ ਹੋ ਨਾ ਓਨਾ ਹੀ ਜ਼ਿਆਦਾ ਫਨ ਹੋ ਜਾਂਦਾ ਵਾ। ਹਾਂਜੀ ਬਿਲਕੁਲ। ਜੇ ਮੰਮੀ ਨੂੰ ਪੁੱਛੋ ਜੀ ਬਾਕੀ ਗੱਲ। ਹਾਂਜੀ ਆ ਜਾਓ, ਤੁਸੀਂ ਚਾਹ ਪੀਓ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਚਾਹੀ ਜੀ ਤੁਸੀਂ ਵੀ ਇੱਧਰ ਆ ਜਾਓ। ਸਤਿ ਸ਼੍ਰੀ ਅਕਾਲ ਜੀ। ਅਤੇ ਆ ਜਾਓ ਬੱਚੇ। ਸਾਡੀ ਟੀਮ ਦੇ ਵਿੱਚ, ਸਾਡਾ ਟੀਮ ਵਿੱਚ ਨਹੀਂ ਕਹਿ ਸਕਦੇ, ਸਾਡੇ ਪਰਿਵਾਰ ਵਿੱਚ ਦੋ ਜੀ ਹੋਰ ਜੁੜ ਗਏ ਨੇ ਜੀ। ਸਾਡੀ ਪੂਰੀ ਟੀਮ ਵੱਲੋਂ ਬੇਟਾ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਪਿਆਰ। ਤੁਸੀਂ ਸਾਡੀ ਟੀਮ ਨੂੰ ਚੁਣਿਆ ਅਤੇ ਜੁੜੇ ਜੇ ਤੁਸੀਂ, ਅਤੇ ਬੜਾ ਅੱਛਾ ਲੱਗਾ ਸਾਨੂੰ ਅਤੇ ਬੜਾ ਮਜ਼ਾ ਆਏਗਾ। ਬਹੁਤ ਵਧੀਆ ਜਿਹਾ ਬੱਚੇ ਹੈਗੇ ਸਾਡੇ ਆਪਣੇ। ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਤੇ ਚਲੋ ਜੀ, ਹੁਣ ਆਉਂਦਿਆਂ ਤੇ ਪਹਿਲਾਂ ਆਪਾਂ ਸ਼ੂਟ ਕਰਨਾ ਸ਼ੁਰੂ ਕਰਤਾ, ਹੁਣ ਚਾਹ ਪੀ ਰਹੇ ਤੇ ਹੁਣ ਚਾਹ ਪੀ ਰਹੇ ਆ ਤੇ ਚਾਹ ਪੀ ਕੇ ਤੇ ਫਿਰ ਸ਼ੂਟ ਸਟਾਰਟ ਆ ਜੀ। ਤੇ ਤੁਸੀਂ ਬੇਟਾ ਆਪਣਾ ਨਾਂ ਇੱਕ ਵਾਰੀ ਫਿਰ ਬੋਲ ਦਿਓ। ਮਾਈਕ ਬੇਟਾ ਦੋ, ਮਾਈਕ ਕਿਰਨ, ਮਾਈਕ ਨਹੀਂ ਹੈਗਾ। ਇਹਨਾਂ ਦਾ ਨਾਮ ਆ ਸੁਪ੍ਰੀਤ। ਚਲੋ ਜੀ ਹੁਣ ਚਾਹ ਪੀ ਲਈਏ, ਬਾਕੀ ਦੀ ਗੱਲ ਬਾਅਦ ਚੋਂ ਕਰਦੇ ਹਾਂ। ਭਾਵੇਂ ਸਤਿ ਸ਼੍ਰੀ ਅਕਾਲ। ਆਪੇ ਘਰ ਤੇ ਸੌਂਦ ਨਹੀਂ ਆਉਂਦੀ। ਗੱਲ ਵਧੀਆ ਬਣੀ।